ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਪੰਚਾਇਤੀ ਚੋਣਾਂ, ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਚੋਣਾਂ ਔਰ ਬਲਾਕ ਸਮਿਤੀਆਂ ਚੋਣਾਂ ਸਪਟੈਂਬਰ ਦੇ ਵਿੱਚ ਹੋਣਗੀਆਂ, ਐਲਾਨ ਹੋ ਚੁੱਕਿਆ। ਫਿਲਹਾਲ ਹਜੇ ਜਿਹੜੀਆਂ ਉੱਥੇ ਚੋਣਾਂ ਦੀ ਜਿਹੜੀ ਡੇਟ ਆ ਉਹ ਹਜੇ ਤੈਅ ਨਹੀਂ ਕੀਤੀ ਗਈ ਹੈ, ਲੇਕਿਨ ਡਿਸੋਲਵ ਕਰ ਦਿੱਤੀ ਗਈ ਹੈ ਸਾਰੇ ਰਾਜਿਆਂ ਨੂੰ, ਸਾਰੇ ਚੋਂ ਪੰਚਾਇਤੀ ਰਾਜ ਨੂੰ ਵੀ ਹਜੇ ਡਿਸੋਲਵ ਕੀਤਾ ਗਿਆ, ਬਲਾਕ ਸਮਿਤੀ ਨੂੰ ਵੀ ਅਤੇ ਨਾਲ ਜ਼ਿਲ੍ਹਾ ਪਰਿਸ਼ਦ ਨੂੰ ਵੀ ਡਿਸੋਲਵ ਕਰ ਦਿੱਤਾ ਗਿਆ। ਡੀਸੀਆਂ ਦੀ ਡਿਊਟੀ ਉੱਥੇ ਲਾ ਦਿੱਤੀ ਗਈ ਹੈ। ਰਿਫੋਰਮ ਦੀ ਗੱਲ ਚੱਲ ਰਹੀ ਹੈ ਕਿ ਜੇਕਰ ਤੁਸੀਂ ਸੁਨਹਿਰਾ ਭਵਿੱਖ ਕਰਨਾ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਜੀ, ਤਾਂ ਕੁਝ ਰਿਫੋਰਮ ਵੀ ਕਰ ਦਿਉ, ਪਿਛਲੇ ਨਕਸ਼ੇ ਕਦਮ 'ਤੇ ਸਰਕਾਰਾਂ ਦੇ ਉੱਤੇ ਨਾ ਚੱਲੋ। ਕੀ ਕੁਝ ਉਮੀਦਾਂ ਤੁਹਾਡੇ ਤੋਂ ਹੈਗੀਆਂ, ਉਹਦੇ ਉੱਤੇ ਤੁਸੀਂ ਆਪਣਾ ਜ਼ਰੂਰ ਪੈਰਾ ਦਿਉ। ਹੁਣ ਵੇਖਦੇ ਹਾਂ ਕਿ ਤੁਸੀਂ ਇਸ ਮੁਤਲਕ ਕੀ ਕੁਝ ਸਾਨੂੰ ਕਹਿਣਾ ਚਾਹੁੰਦੇ ਹੋ। ਲੈਂਦੇ ਹਾਂ ਤੁਹਾਡੀ ਕਾਲਸ ਔਰ ਜਾਣਦੇ ਹਾਂ ਤੁਹਾਡੇ ਵਿਚਾਰ। ਸਤਿ ਸ਼੍ਰੀ ਅਕਾਲ ਹਰਭਜਨ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ? ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ, ਥੈਂਕ ਯੂ ਵੈਰੀ ਮੱਚ, ਬੜਾ ਅੱਛਾ ਵੀ ਸਬਜੈਕਟ ਹੈ ਹਰਪ੍ਰੀਤ ਸਿੰਘ ਜੀ। ਜੀ ਜੀ, ਕੱਲ੍ਹ ਦੀ ਮੇਰੇ ਦਿਮਾਗ 'ਚ ਇੱਕ ਸੋਚ ਆ ਰਹੀ ਆ, ਮੈਂ ਸੋਚਦਾ ਸੀ ਕਿ ਮੈਂ ਉਹਨਾਂ ਤੇ ਤੁਹਾਨੂੰ ਅਪਰੋਚ ਕਰਾਂ। ਜੀ ਜੀ ਜੀ, ਮਾਇਨ ਨਾ ਕਰੇ। ਕੱਲ੍ਹ ਮੈਂ ਨਾ ਇੱਕ ਫਿਲਮ ਦੇਖੀ ਸੰਜੂ। ਜੀ 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 ਜੀ, ਉਹ ਮਤਲਬ ਉਹਦੀ ਲਾਈਫ 'ਤੇ ਬੇਸ ਹੈ। ਜੀ ਜੀ, ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਬਹੁਤ ਚਿਰ ਤੋਂ ਡਰੱਗਸ ਦੇ ਬਾਰੇ, ਆਪਾਂ ਨਸ਼ਿਆਂ ਦੇ ਬਾਰੇ ਆਪਾਂ ਡਿਸਕਸ ਕਰਦੇ ਰਹੇ ਹੈਗੇ ਹਾਂ। ਜੀ 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 ਜੀ, ਵੀ ਇਹ ਤੂੰ ਕਿੰਨਾ ਛੁਟਕਾਰਾ ਪਾਇਆ ਜਾਵੇ। ਤੂੰ ਯਕੀਨ ਕਰ, ਮੈਂ ਤੂੰ ਇੱਕ ਜਰਨਲਿਸਟ ਆ, ਜ਼ਰੂਰ ਤੂੰ ਉਸ ਫਿਲਮ ਨੂੰ ਦੇਖੀ, ਕਿਉਂਕਿ ਤੇਰੀ ਕਿਉਂਕਿ ਤੁਹਾਡਾ ਫਰਜ਼ ਵੀ ਬਣਦਾ ਹੈਗਾ ਕਿ ਆਈ ਹੈਵ ਸੀਨ ਦੈਟ ਇਹੋ ਜੀ ਫਿਲਮ ਨੂੰ। ਆਈ ਹੈਵ ਸੀਨ ਦੈਟ ਮੂਵੀ। ਹਾਂਜੀ, ਮੈਂ ਇਹ ਗੱਲ ਕਹਿਣਾ ਹਰਪ੍ਰੀਤ ਸਿੰਘ ਜੀ ਜੀ, ਕਿ ਜਦ ਨਾ ਇਹੋ ਜੀ ਸਮਾਜ ਸੁਧਾਰ ਕੋਈ ਫਿਲਮ ਹੁੰਦੀ ਆ ਜਿਹਨੇ ਸੋਸਾਇਟੀ ਤੇ ਅਸਰ ਕਰਨਾ, ਉਹਦੇ ਵਿੱਚ ਜਿਹੜਾ ਡਰੱਗ ਦਿਖਾਇਆ ਗਿਆ ਕਿ ਡਰੱਗ ਕਿਸ ਤਰੀਕੇ ਨਾਲ ਇੱਕ ਇਨਸਾਨ ਨੂੰ ਬਰਬਾਦ ਕਰਦਾ, ਕਿਸ ਤਰੀਕੇ ਨਾਲ ਇੱਕ ਪਰਿਵਾਰ ਨੂੰ ਬਰਬਾਦ ਕਰਦਾ, ਔਰ ਇਹ ਡਰੱਗ ਲੱਗਦਾ ਕਿਸ ਤਰ੍ਹਾਂ ਹੈਗਾ, ਔਰ ਇਸ ਤੋਂ ਛੁਟਕਾਰਾ ਕਿਸ ਤਰ੍ਹਾਂ ਪਾਇਆ ਜਾਂਦਾ, ਇਹੀ ਇਸ ਫਿਲਮ ਦੀ ਥੀਮ ਸੀਗੀ। ਮੈਂ ਕਹਿੰਦਾ ਕਿ ਇਹ ਫਿਲਮ ਆ, ਇਹਦਾ ਟੈਕਸ ਮਾਫ਼ ਹੋਣਾ ਚਾਹੀਦਾ ਹਿੰਦੁਸਤਾਨ 'ਚ, ਤਾਂ ਕਿ ਹਰ ਹਿੰਦੁਸਤਾਨੀ ਚਾਹ ਨਾਲ ਦੇਖਣ ਜਾਵੇ, ਇੱਕ ਐਕਸਾਈਟਮੈਂਟ ਨਾਲ ਦੇਖਣ ਜਾਵੇ, ਇੱਕ ਮਤਲਬ ਇੱਕ ਕਿਸਮ ਦੀ ਕਿਉਰਿਓਸਿਟੀ ਨਾਲ ਦੇਖਣ ਜਾਵੇ ਕਿ ਇਸ ਫਿਲਮ ਦੇ ਵਿੱਚ ਹੈ ਕੀ। ਮੇਰਾ ਖਿਆਲ ਆ ਕਿ ਜਿਹੜੀ ਸਾਡੇ ਮੁਲਕ ਦੇ ਡਰੱਗ ਦੀ ਪ੍ਰੋਬਲਮ ਆ, ਉਹ ਤੇ ਬਹੁਤ ਅਸਰ ਪੈਗਾ। ਤੂੰ ਸ਼ਾਇਦ ਦੇਖਿਆ ਨੀ, ਤੂੰ ਤਾਂ ਬਹੁਤ ਯੰਗ ਹੁੰਦਾ ਹੈਗਾ, ਇੱਕ ਫਿਲਮ ਆਈ ਸੀ ਸੁਜਾਤਾ, ਹਾਂਜੀ, ਉਹ ਇੱਕ ਸਮਾਜਿਕ ਫਿਲਮ ਸੀਗੀ। ਉਸ ਫਿਲਮ ਦਾ ਗੌਰਮੈਂਟ ਨੇ ਟੈਕਸ ਮਾਫ਼ ਕਰ ਦਿੱਤਾ ਸੀ ਕਿ ਹਰ ਹਿੰਦੁਸਤਾਨੀ ਦੇਖੇ, ਤਾਂ ਕਿ ਸਾਡੇ ਸਮਾਜ ਦੇ ਵਿੱਚ ਜੋ ਨਾ ਉਹ ਜਾਤ ਪਾਤ ਹੋਰ ਇਹੋ ਜਿਹੇ ਕੋਟ ਬਚੇ ਹੋਏ ਨੇ, ਉਹਦਾ ਕੋਈ ਅਸਰ ਪਵੇ। ਹਾਂਜੀ, ਮੈਂ ਕਹਿੰਦਾ ਕਿ ਜਿਹੜਾ ਡਰੱਗ, ਬਹੁਤ ਵਧੀਆ ਫਿਲਮ ਹੈ ਇੱਕ ਡਰੱਗ ਨੂੰ, ਡਰੱਗ ਲੋਕਾਂ ਨੂੰ ਅਵੇਅਰਨੈਸ ਕਰਾਉਣ ਵਾਸਤੇ ਕਿ ਡਰੱਗ ਪਰਿਵਾਰਾਂ ਨੂੰ ਬਰਬਾਦ ਕਿਸ ਤਰ੍ਹਾਂ ਕਰਦਾ, ਇੱਕ ਇਨਸਾਨ ਨੂੰ ਬਰਬਾਦ ਕਿਸ ਤਰ੍ਹਾਂ ਕਰਦਾ, ਇੰਨੀ ਪਾਵਰਫੁਲ ਪਹਿਲਾਂ ਉੱਥੇ ਟਰੂ ਸਟੋਰੀ ਆ, ਇਹ ਨਹੀਂ ਕੋਈ ਐਗਜੈਜੂਰੇਟ ਕੀਤੀ ਗਈ ਆ, ਬਿਲਕੁਲ ਟਰੂ ਸਟੋਰੀ ਆ। ਮੈਂ ਚਾਹੁੰਦਾ ਕਿ ਮਤਲਬ ਇਸ ਫਿਲਮ ਦਾ ਟੈਕਸ ਮਾਫ਼ ਹੋਵੇ, ਤਾਂ ਕਿ ਹਰ ਹਿੰਦੁਸਤਾਨੀ ਵਾਚ ਕਰੇ। ਅੱਛਾ, ਹੁਣ ਸਬਜੈਕਟ 'ਤੇ ਮੈਂ ਬਿਲਕੁਲ ਥੋੜ੍ਹਾ ਟਾਈਮ ਲਾਊਂਗਾ। ਅੱਛਾ ਹਰਕੀਤ ਸਿੰਘ, ਇੱਕ ਬਹੁਤ ਅੱਛੀ ਗੱਲ ਹੋਏਗੀ, ਜਿਹੜੇ ਸਾਡੇ ਪੈਂਚ ਆ ਨਾ, ਕਿ ਸਰਪੈਂਚ ਆ, ਇਹ ਘੱਟੋ ਘੱਟ ਮੈਟ੍ਰਿਕ ਜ਼ਰੂਰ ਹੋਣੇ ਚਾਹੀਦੇ ਆ, ਹਲੇ ਔਰ ਲੇਡੀਜ਼ ਵੀ ਮੈਟ੍ਰਿਕ ਹੋਣੀਆਂ ਚਾਹੀਦੀਆਂ, ਕਿਉਂਕਿ ਜਿੱਦਾਂ ਤੁਸੀਂ ਕਿਹਾ ਨਾ ਕਿ ਬਈ ਬੇਸਿਕ ਜਿਹੜਾ ਹੈਗਾ ਨਾ, ਜੇ ਅਸੀਂ ਇਸ ਬੇਸ ਨੂੰ ਸੁਧਾਰ ਲਵਾਂਗੇ, ਇਸ ਫਾਊਂਡੇਸ਼ਨ ਨੀਂਹ ਨੂੰ ਸੁਧਾਰ ਲਵਾਂਗੇ, ਤੇ ਇੱਕ ਅਸੀਂ ਬਹੁਤ ਵਧੀਆ ਪੋਲੀਟੀਕਲ ਤੇ ਸੋਸ਼ਲ ਸਮਾਜ ਅਸੀਂ ਬਣਾ ਸਕਦੇ ਹਾਂ। ਸਾਡਾ ਬੇਸਿਕ ਗੁਆਚਾ ਆ, ਹਲੇ ਅਸੀਂ ਜਿੱਥੋਂ ਚੀਜ਼ਾਂ ਸਾਡੀਆਂ ਆਦਤਾਂ ਬਣੀਆਂ, ਸੁਭਾਅ ਬਣਨੇ, ਅਸੀਂ ਆਪਣੇ ਪਿੰਡਾਂ ਨੂੰ ਸਵਾਰਨਾ, ਉੱਥੇ ਅਸੀਂ ਬਹੁਤ ਹੀ ਅਨਪੜ੍ਹ ਕਿਸਮ ਦੇ, ਜਾਹਲ ਕਿਸਮ ਦੇ ਅਸੀਂ ਉੱਥੇ ਸਰਪੰਚ ਖੜੇ ਕੀਤੇ ਹੋਏ ਆ। ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਜਾਣੀ ਦੋਨੇ ਹੀ ਇੱਕ ਔਰਤ ਆ, ਟੋਟਲੀ ਅਨਪੜ੍ਹ, ਰਾਈਟ, ਉਹ ਆਦਮੀ ਆ, ਇੱਕ ਟੋਟਲੀ ਆਦਮੀ, ਉਹ 20 ਸਾਲ ਤੋਂ ਮਤਲਬ ਉੱਥੇ ਕਾਬੂ ਹੋ ਕੇ ਬੈਠਾ, ਇੱਕ ਟੋਟਲੀ ਅਨਪੜ੍ਹ ਆਦਮੀ, ਸਾਰੇ ਪਿੰਡ ਦੀਆਂ ਗ੍ਰਾਂਟਾਂ ਖਾ ਲਈਆਂ, ਸਭ ਕੁਛ ਖਾ ਲਿਆ, ਉਹਦੇ ਵਿੱਚ ਰੱਤੀ ਵੀ ਅਖਲਾਕ ਦੀ ਔਰ ਮੋਰਲ ਵੈਲਿਊਜ਼ ਨਹੀਂ ਹੈਗੀ, ਕਿਉਂਕਿ ਪੜ੍ਹਾਈ ਲਿਖਾਈ ਹੈ ਨਹੀਂ ਗੀ। ਇਸ ਕਰਕੇ ਹਰਕੀਤ ਸਿੰਘ, ਮੈਂ ਜ਼ਰੂਰ ਕਹਿਣਾ ਕਿ ਘੱਟੋ ਘੱਟ 10ਵੀਂ ਘੱਟੋ ਘੱਟ ਸਾਡਾ ਸਰਪੰਚ ਮੈਟ੍ਰਿਕ ਪਾਸ ਹੋਵੇ। ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ ਆਪਣੀ ਗੱਲ ਰੱਖਣ ਲਈ। ਹੋਰ ਵੀ ਕਾਲਰਸ ਮੇਰੇ ਨਾਲ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਕੀਰਤ ਬੋਲ ਰਿਹਾ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹੈ ਕਿ ਮੈਂ ਆਪਕਾ ਪ੍ਰੋਗਰਾਮ ਦੇਖ ਰਹੀ ਸੀ। ਜੀ 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 ਜੀ, ਸੋ ਆਪ ਨੂੰ ਮੈਨੂੰ ਪੂਰੀ ਗੱਲ ਦਾ ਨਹੀਂ ਪਤਾ ਪਿਆ, ਦ ਗਵਰਨਮੈਂਟ ਇਜ਼ ਟ੍ਰਾਈਂਗ ਟੂ ਚੇਂਜ ਦ ਸਰਪੰਚ ਦੇ ਇਲੈਕਸ਼ਨਸ ਔਰ ਵਟਐਵਰ। ਜੀ ਜੀ, ਐਂਡ ਵਾਟ ਆਈ ਮੈਂ ਇਹ ਕਹਿਣਾ ਚਾਹੁੰਦੀ ਹਾਂ, ਜੀ ਮੇਰਾ ਸ਼ਾਇਦ ਮੇਰਾ ਹੱਕ ਵੀ ਨਹੀਂ, ਮੈਂ ਇੰਗਲੈਂਡ 'ਚ ਆਇਆ ਤਾਂ ਇੰਡੀਆ 'ਚ, ਪਰ ਮੈਂ ਦੂਸਰੀ ਵਾਰ ਗਈ ਸੀ, ਪੰਜਾਬ 'ਚ ਪ੍ਰੋਬਲਮ ਕਿਉਂ ਇਤਨੇ ਆ, ਕਿਉਂ ਇਤਨੇ ਇਹ ਸਾਰੇ ਆਪਾਂ ਆਪਣੇ ਬਣਾਏ, ਗਵਰਨਮੈਂਟ ਨੇ ਬਣਾਏ ਹੋਏ ਆ, ਅਗਰ ਗਵਰਨਮੈਂਟ ਇਜ਼ ਨੋਟ ਲੁਕਿੰਗ ਆਫਟਰ ਪੰਜਾਬ ਐਸ ਦੇ ਸ਼ੁੱਡ ਬੀ। ਪਹਿਲੀ ਬਾਤ ਉਹ, ਯੈਸ ਇਨ ਇਸ ਟ੍ਰਾਂਸਪੈਰੈਂਸੀ, ਹਾਂਜੀ ਸਾਨੂੰ ਪੰਚਾਇਤ ਚਾਹੀਦੀ ਆ, ਕਿਉਂਕਿ ਛੋਟੇ ਵਿਲੇਜ ਜਾਂ ਵੱਡੇ ਵਿਲੇਜ
Nobody knows. ਕੋਈ ਹੋਰ ਦੂਸਰਾ ਬਾਹਰੋਂ ਕੋਈ ਆਵੇ 10 ਮਿੰਟ 15 ਮਿੰਟ ਜਿਹੜੇ ਫੈਮਲੀਜ਼ ਇੱਕ ਦੂਸਰੇ ਨੂੰ ਜਾਣਦੇ ਆ ਕੋਈ ਲੋਕਲ ਪਰਸਨ ਤੋਂ ਬਗੈਰ ਉਹ ਪ੍ਰੋਬਲਮਸ ਨਹੀਂ ਜਾਣ ਸਕਦਾ ਨਹੀਂ ਪਹਿਚਾਣ ਸਕਦਾ ਕਰੈਕਟ ਕਰੈਕਟ ਐਂਡ ਦੈਟ ਫੋਰ ਮੀ ਇਜ਼ ਵੈਰੀ ਇੰਪੋਰਟੈਂਟ ਡੂ ਯੂ ਥਿੰਕ ਦੀ ਸਰਪੰਚ ਸ਼ੁੱਡ ਬੀ ਮੈਟ੍ਰਿਕ ਪਾਸ I don't really agree with that. My mommy was sarpanch after independence. Okay. And she only did 5 classes, but she was the best woman to rule, even the women, men and everything, because akal chahiye. Okay, so you think that the sarpanch doesn't need any metric, he needs intelligence, he or she needs intelligence, on top of that, I think humanity? They need to have a basic understanding of English in Punjabi, Hindi, whatever it is, to be able to read and write. Ji. Because they nahi ho pad sakde, oh aage kam nahi kar sakde. Number one. Ji. Dusri gal hai na, they need to be wise people and more importantly, independent. Kise di jeb de vich na pain. That is more important. India the problem hai Punjab mein, dekha koi, I'm this party, I'm supporting them because main udhar to kuch lunga ja main unhan nu kuch lunga apne greediness de bare na socho sube de vich ja fir pind de vich vasde lokan de greediness bare socho that's right and that goes from right from sarpanch upwards sare utte koi kam nahi karda kam karda seva ki karni sadi they earning pay the sarpanch pehle ta unhan de they need training They need legal understanding of legal rights and wrongs. They need to be paid properly and independently. And if you get rid of the Punjab, you haven't got anything in Punjab then. So you think that reform chahida chahida utthe? Jekar panchayati chona hona chahida. It needs reform. It needs training. It needs total reform. Not just from Punjab. All the way through because of the transparency nahi hai correct I was absolutely shocked absolutely shocked horrendous because panchayat da wo apna local grassroots di zarurat sareyan nu bahut hai jo grassroots hunde na unhan nu sara kis da ki chalda kise kar pind de vich kal pollution aa ye aa wo aa aur unhan nu sara kuch pata hunda hai ji And they can put pressure on the other departments to say, "Sade kar vich eh hunda, sade pollution edda, bhaiya chali gaya, there's no nehra anymore. Correct. Pollution kitho hunda ya? To unhan nu band kyon nahi karde? Correct. And dusri baat eh hai, India want investments in India. That's fine. Jinna Western world de vich gandgi sigi, oh sari India chon chhadni abhi. Why is the government allowing that? You couldn't believe, I went last year, first time in Punjab, after 55 years, and I could not breathe because of pollution. Jo bhi gal karde hai, ek kisan de hai, oh aag lagaunde kisan de. Why don't they look at the factories? Why don't they look at the businesses? Why don't they look at the vehicles? Correct. Ek kisan ne sara kuch karde. Correct. Sari duniya karde, ohna da kyon nahi kuch karde ye log? Correct. I agree on this and it makes me very angry because main jab choti si na Punjab itna sona si itna imandari si ek dusre di madad hisse sara kuch aaj Punjab jo bhi Kolkata Punjab kuch nahi kyon Punjab kuch nahi why isn't the government doing things for us ਬਿਲਕੁਲ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਜੇ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਡਿਵੈਲਪਮੈਂਟ ਕਰਨ ਦੇ ਤਰੀਕੇ ਦੇ ਪੰਜਾਬ ਦੇ ਵਿੱਚ ਆਲਟਰਨੇਟਿਵ ਟੈਕਨੋਲੋਜੀ ਟੈਕਨੀਕਸ ਆ ਜਾਣ ਤਾਂ ਅਸੀਂ ਆਪਣੇ ਜਿੱਥੇ ਰਹਿ ਰਹੇ ਹਾਂ ਵਿਦੇਸ਼ਾਂ ਦੇ ਵਿੱਚ ਅਸੀਂ ਛੱਡ ਕੇ ਜ਼ਰੂਰ ਪੰਜਾਬ ਦੇ ਵਿੱਚ ਵਾਪਸ ਜਾ ਕੇ ਵੱਸ ਜਾਵਾਂਗੇ ਲੇਕਿਨ ਮੈਂ ਜਾਊਂਗੀ ਮੈਂ ਆਈ ਵੁੱਡ ਲਾਈਕ ਟੂ ਗੋ ਮੈਂ 10 ਸਾਲ ਦੀ ਸੀ ਜਦੋਂ ਦੀ ਇੱਥੇ ਮੈਨੂੰ ਪੰਜਾਬ ਇੰਨਾ ਨਹੀਂ ਲੇਕਿਨ ਉੱਥੇ ਮੇਰੀ ਪੈਦਾਇਸ਼ ਹੈ ਉੱਥੇ ਮੇਰੀ ਜਾਨ ਉੱਥੇ ਆ ਜਦੋਂ ਮੈਂ ਦੇਖਦੀ ਹਾਂ ਜਦ ਮੈਂ ਛੋਟੀ ਸੀ ਗਿਵ ਯੂ ਐਨ ਐਗਜ਼ਾਮਪਲ ਵੀ ਹੈਵ ਅ ਬਿਗ ਰਿਵਰ ਓਕੇ ਬੇਈ ਵਾਟ ਐਵਰ ਦੇ ਕਾਲ ਇਟ ਯੂ ਹੈਵ ਟੂ ਟੇਕ ਅ ਲਿਟਲ ਕਿਸਤੀ ਟੂ ਗੋ ਅਕ੍ਰੋਸ ਜੀ 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 ਟੂਡੇ ਯੂ ਕੈਨ ਵਾਕ ਥਰੂ ਬਿਕਾਜ਼ ਇਟਸ ਸੋ ਪੋਲੂਟਿਡ ਇਟ ਸਟਿੰਕਸ
आई एग्री, जिहड़ा पानी सोहना सीगा वह पानी पोल्यूटिड हो गया, गंदा हो गया, पोर्टेबल भी नहीं रहा। मैं तुहाडी गल तो सहमत हाँ। बहुत बहुत धन्यवाद, तुसीं अपनी गल साडे नाल रखी। फिलहाल मैं इत्थे एक निक्के जिहे वक्फे रुक रहा, मैं माफ़ी चाहवागा जिहड़े कॉलरस मैनूं कॉल कर रहे हैं, मैं वेख पा रहा तुसीं मैनूं कॉल कर रहे हो, फोन नूं कट्टियो ना, मैं क्यू दे विच पा दित्ती है। एंड आई विल ट्राई टू टेक योर कॉल आफ्टर दिस शॉर्ट ब्रेक। एक निक्के जिहे वक्फे रुक रहा।